ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਅੱਜੀ ਵਾਰ ਗੱਲ ਕਰਾਂਗੇ ਪੰਜਾਬ ਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਅੱਜ ਦੀ ਪਹਿਲੀ ਵੱਡੀ ਖਬਰ ਹੈ ਪੰਜਾਬ 'ਚ 2 ਹਫ਼ਤੇ ਹੋਰ ਜਾਰੀ ਰਹੇਗਾ ਲੋਕਡਾਊਨ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਕੋਰੋਨਾ ਵਾਇਰਸ ਕਰਕੇ ਲੱਗੇ ਲੋਕਡਾਊਨ 'ਚ 2 ਹਫ਼ਤੇ ਲਈ ਹੋਰ ਵਾਧਾ ਕਰ ਦਿੱਤਾ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਹਾਲਾਂਕਿ ਰਾਹਤ ਵਾਲੀ ਗੱਲ ਇਹ ਹੈ ਕਿ 7 ਵਜੇ ਤੋਂ ਲੈ ਕੇ 11 ਵਜੇ ਤੱਕ ਲੋਕਡਾਊਨ ਦੇ ਵਿੱਚ ਢਿੱਲ ਮਿਲੇਗੀ ਦੁਕਾਨਾਂ ਦੁਕਾਨਾਂ ਖੁੱਲਣਗੀਆਂ ਤੇ ਲੋਕ ਇਸ ਢਿੱਲ ਦੌਰਾਨ ਆਪਣੇ ਜ਼ਰੂਰੀ ਕੰਮ ਕਰ ਸਕਦੇ ਨੇ ਅਗਲੀ ਖਬਰ ਨਦੇੜ ਤੋਂ ਆਏ ਸਰਦਾਲੂ ਬਣੇ ਸੂਬੇ ਲਈ ਮੁਸੀਬਤ ਇੱਕ ਦਿਨ ਚ 33 ਨਵੇਂ ਮਾਮਲੇ ਤਾਂ ਦੋਸਤੋ ਤੁਹਾਨੂੰ ਦੱਸਦੀ ਕਿ ਪੰਜਾਬ ਚ ਕਰੋਨਾ ਵਾਇਰਸ ਬੇਕਾਬੂ ਹੁੰਦਾ ਜਾ ਰਿਹਾ ਹੈ ਕਦੇੜ੍ਹ ਸਾਭ ਤੋਂ ਆਏ ਕਰੋਨਾ ਪੋਜ਼ਿਟਿਵ ਮਰੀਜ਼ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚੋਂ 9 ਜ਼ਿਲ੍ਹਿਆਂ ਵਿੱਚ ਫੈਲ ਗਏ ਨੇ ਸੰਕਰਮਿਤ ਸਰਦਾਲੂਆਂ ਦੀ ਗਿਣਤੀ 35 ਹੋ ਗਈ ਹੈ ਇਸ ਨਾਲ ਸੂਬੇ ਵਿੱਚ ਕਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 375 ਹੋ ਗਈ ਹੈ ਕੱਲ ਇਹ ਅੰਕੜਾ 342 ਸੀ ਇੱਕ ਦਿਨ ਵਿੱਚ ਹੀ 33 ਨਵੇਂ ਮਾਮਲੇ ਸਾਹਮਣੇ ਆਏ ਨੇ ਜਿਸ ਨਾਲ ਪੰਜਾਬ ਲਈ ਵੱਡੇ ਖਤਰੇ ਦੇ ਸੰਕੇਤ ਹੋ ਸਕਦੇ ਨੇ ਕਿਸ ਜ਼ਿਲ੍ਹੇ 'ਚ ਨੇ ਕਿੰਨੇ ਮਰੀਜ਼ ਤਰਨਤਾਰਨ ਦੇ ਵਿੱਚ 8 ਲੁਧਿਆਣਾ ਦੇ ਵਿੱਚ 7 ਮੋਹਾਲੀ ਦੇ ਵਿੱਚ 5 ਹੁਸਿਆਰਪੁਰ ਦੇ ਵਿੱਚ 4 ਫਰੀਦਕੋਟ ਦੇ ਵਿੱਚ 3 ਪਟਿਆਲਾ ਦੇ ਵਿੱਚ 2 ਬਠਿੰਡਾ ਦੇ ਵਿੱਚ 2 ਕਪੂਰਥਲਾ ਦੇ ਵਿੱਚ 3 ਸੰਗਰੂਰ ਦੇ ਵਿੱਚ 1 ਤਾਂ ਦੋਸਤੋ ਇਹ ਉਹ ਮਰੀਜ਼ ਨੇ ਜਿਹੜੇ ਨਦੇੜ ਸਾਹਿਬ ਦੀ ਧਰਤੀ ਤੋਂ ਪੰਜਾਬ ਦੇ ਵਿੱਚ ਆਏ ਨੇ ਅਗਲੀ ਖਬਰ ਹੈ ਪੰਜਾਬ ਸਰਕਾਰ ਦਾ ਐਲਾਨ ACP ਕੋਲੀ ਦੇ بیٹے ਨੂੰ ਗ੍ਰੈਜੂਏਸ਼ਨ ਤੋਂ ਬਾਅਦ SI ਵਜੋਂ ਨਿਯੁਕਤੀ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗ੍ਰੈਜੂਏਸ਼ਨ ਪੂਰੀ ਹੋਣ ਤੋਂ ਬਾਅਦ ACP ਅਨਿਲ ਕੋਲੀ ਦੇ ਛੋਟੇ بیٹے ਨੂੰ ਪੰਜਾਬ ਪੁਲਿਸ ਵਿੱਚ ASSI ਵਜੋਂ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਕੁਝ ਦਿਨ ਪਹਿਲਾਂ ਹੀ ASI ਕੋਲੀ ਦੀ ਕੋਰੋਨਾ ਵਾਇਰਸ ਕਰਕੇ ਮੌਤ ਹੋਈ ਸੀ ਅਗਲੀ ਖਬਰ ਹੈ ਜਲੰਧਰ ਚ ਦੋ ਹੋਰ ਮਰੀਜ਼ ਆਏ ਪੋਜ਼ਿਟਿਵ ਕੁੱਲ ਗਿਣਤੀ ਹੋਈ 88 ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹੇ ਵਿੱਚ ਦੇਰ ਸ਼ਾਮ ਨੂੰ ਕੋਰੋਨਾ ਵਾਇਰਸ ਦੇ ਸੈਂਪਲਾਂ ਦੀਆਂ ਰਿਪੋਰਟਾਂ ਚ ਦੋ ਹੋਰ ਮਰੀਜ਼ ਪੋਜ਼ਿਟਿਵ ਪਾਏ ਗਏ ਨੇ ਪੋਜ਼ਿਟਿਵ ਪਾਏ ਗਏ ਦੋ ਮਰੀਜ਼ ਪਰਸਨ ਜਿਨ੍ਹਾਂ ਵਿੱਚ ਇੱਕ ਦੀ ਉਮਰ 32 ਤੇ ਦੂਜੇ ਦੀ ਉਮਰ 45 ਸਾਲ ਹੈ ਬੁੱਧਵਾਰ ਨੂੰ ਦੇਰ ਸ਼ਾਮ ਤੱਕ ਪੋਜ਼ਿਟਿਵ ਆਏ ਮਰੀਜ਼ਾਂ ਦੀ ਗਿਣਤੀ ਤਿੰਨ ਹੋ ਗਈ ਹੈ ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਕੁੱਲ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ 88 ਹੋ ਗਈ ਹੈ ਅਗਲੀ ਖਬਰ ਹੈ ਬਠਿੰਡਾ ਚ ਵੀ ਕਰੋਨਾ ਵਾਇਰਸ ਨੇ ਦਿੱਤੀ 10 ਤੱਕ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਗ੍ਰੀਨ ਜ਼ੋਨ ਵਿੱਚ ਚੱਲ ਰਹੇ ਜ਼ਿਲ੍ਹਾ ਬਠਿੰਡਾ ਚ ਵੀ ਕਰੋਨਾ ਵਾਇਰਸ ਨੇ 10 ਤੱਕ ਦੇ ਦਿੱਤੀ ਹੈ ਨਦੇੜ ਸਾਹਿਬ ਤੋਂ ਪਰਤੇ ਦੋ ਸਰਦਾਲੂਆਂ ਦੀ ਕੋਵਿਡ-19 ਬਿਮਾਰੀ ਸੰਬੰਧੀ ਕਰਵਾਏ ਟੈਸਟ ਦੀ ਰਿਪੋਰਟ ਪੋਜ਼ਿਟਿਵ ਆਈ ਹੈ ਬਠਿੰਡਾ ਤੇ ਦਿੱਲੀ ਨਾਲ ਸੰਬੰਧ ਤੇ ਇਹਨਾਂ ਦੋਵਾਂ ਸਰਦਾਲੂਆਂ ਨੂੰ ਪਿਛਲੇ ਕਈ ਦਿਨਾਂ ਤੋਂ ਆਈਸੋਲੇਸ਼ਨ ਬਾੜ ਵਿੱਚ ਰੱਖਿਆ ਗਿਆ ਸੀ ਉਕਤ ਸਰਦਾਲੂ ਇੱਕ ਔਰਤ ਤੇ ਮਰਦ ਦੋ ਦਿਨ ਪਹਿਲਾਂ ਹੀ ਨਮੂਨੇ ਦੇ ਕੇ ਸੈਂਪਲ ਭੇਜੇ ਗਏ ਸੀ ਦੋਮਾਂ ਦੀ ਰਿਪੋਰਟ ਪੋਜ਼ਿਟਿਵ ਆਉਣ ਬਾਅਦ ਉਹਨਾਂ ਨੂੰ ਸਿਵਲ ਹਸਪਤਾਲ ਦੇ ਸਪੈਸ਼ਲ ਬਾੜ ਵਿੱਚ ਤਬਦੀਲ ਕਰ ਦਿੱਤਾ ਗਿਆ ਅਗਲੀ ਖਬਰਾਂ ਪੰਜਾਬ ਚ 17 ਮਈ ਤੱਕ ਲੱਗਿਆ ਰਹੇਗਾ ਕਰਫਿਊ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਰਾਜ ਦੇ ਗ੍ਰਹਿ ਵਿਭਾਗਾਂ ਤੇ ਰਾਜ ਵਿੱਚ 3 ਮਈ ਤੋਂ ਬਾਅਦ ਕਰਫਿਊ ਵਿੱਚ 2 ਹਫ਼ਤਿਆਂ ਦਾ ਵਾਅਦਾ ਕੀਤਾ ਇਸ ਨਾਲ ਰਾਜ ਵਿੱਚ 17 ਮਈ ਤੱਕ ਕਰਫਿਊ ਲੱਗਿਆ ਰਹੇਗਾ ਅਗਲੀ ਖਬਰ ਹੈ ਮਹਾਰਾਸ਼ਟਰ ਪਲਾਜ਼ਮਾ ਥੈਰੇਪੀ ਦਾ ਪਹਿਲਾ ਤਜਰਬਾ ਸਫਲ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਮਹਾਰਾਸ਼ਟਰ ਵਿੱਚ ਪਲਾਜ਼ਮਾ ਥੈਰੇਪੀ ਦਾ ਕੋਵਿਡ-19 ਦੇ ਰੋਗੀ ਦੇ ਇਲਾਜ ਦਾ ਪਹਿਲਾ ਤਜਰਬਾ ਸਫਲ ਹੋ ਗਿਆ ਰਾਜ ਦੇ ਸਿਹਤ ਮੰਤਰੀ ਰਜੇਸ਼ ਟੋਪੇ ਨੇ ਦੱਸਿਆ ਕਿ ਮੁੰਬਈ ਦੇ ਲੀਲਾਬਤੀ ਹਸਪਤਾਲ ਵਿੱਚ ਪਹਿਲੀ ਪਲਾਜ਼ਮਾ ਥੈਰੇਪੀ ਸਫਲ ਰਹੀ ਹੈ ਹੁਣ ਮੁੰਬਈ ਵਿੱਚ ਵੀ ਬੀਵਾਈਏਬਲ ਨਾਇਰ ਹਸਪਤਾਲ ਵਿੱਚ ਇੱਕ ਹੋਰ ਰੋਗੀ ਤੇ ਦੂਜਾ ਤਜਰਬਾ ਕੀਤਾ ਜਾ ਰਿਹਾ ਹੈ ਆਸ ਹੈ ਕਿ ਉਸ ਵਿੱਚ ਵੀ ਸਫਲਤਾ ਮਿਲੇਗੀ ਇਸ ਥੈਰੇਪੀ ਵਿੱਚ ਕੋਵਿਡ-19 ਦੇ ਠੀਕ ਹੋ ਚੁੱਕੇ ਮਰੀਜ਼ ਦੇ ਖੂਨ ਵਿਚਲੇ ਪਲਾਜ਼ਮਾ ਨੂੰ ਕਰੋਨਾ ਪੀੜਤ ਨੂੰ ਚੜਾਇਆ ਜਾਂਦਾ ਹੈ ਅਗਲੀ ਖਬਰ ਹੈ ਦੇਸ਼ 'ਚ ਕਰੋਨਾ ਮਰੀਜ਼ਾਂ ਦੀ ਤਦਾਦ 31787 ਤੱਕ ਪੁੱਜੀ ਤਾਂ ਦੋਸਤੋ ਤੁਹਾਨੂੰ ਦੱਸਦੀ ਕਿ ਦੇਸ਼ ਭਾਰ ਵਿੱਚ ਕਰੋਨਾ ਨੇ 1008 ਦੀ ਜਾਨ ਲੈ ਲਈ ਹੈ ਜਦਕਿ ਕੁੱਲ ਮਰੀਜ਼ਾਂ ਦੀ ਗਿਣਤੀ 31787 ਤੱਕ ਪਹੁੰਚ ਗਈ ਹੈ ਅਗਲੀ ਖਬਰ ਹੈ ਚੰਡੀਗੜ੍ਹ ਬਣਿਆ ਕਰੋਨਾ ਹੌਟਸਪੌਟ 7 ਨਵੇਂ ਮਰੀਜ਼ਾਂ ਨਾਲ ਕੁੱਲ ਗਿਣਤੀ ਹੋਈ 68 ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਸ਼ਹਿਰ ਵਿੱਚ ਅੱਜ ਸਵੇਰੇ ਕਰੋਨਾ ਪੀੜਤਾਂ ਦਾ ਅੰਕੜਾ ਉਸ ਸਮੇਂ ਵਿੱਚ ਹੋਰ ਵਾਧਾ ਹੋ ਗਿਆ ਜਦੋਂ 7 ਹੋਰ ਮਰੀਜ਼ਾਂ ਦੀ ਰਿਪੋਰਟ ਪੋਜ਼ਿਟਿਵ ਆ ਗਈ ਹੈ ਇਹਨਾਂ ਮਰੀਜ਼ਾਂ ਦੀ 19 ਸਾਲ ਦੀ ਲੜਕੀ 20 ਸਾਲ ਦੇ ਲੜਕੇ ਤੇ 40 ਸਾਲ 50 ਸਾਲ 52 ਦੇ 60 ਸਾਲ 65 ਸਾਲ ਦੇ ਵਿਅਕਤੀ ਸ਼ਾਮਲ ਨੇ ਇਹ ਸਾਰੇ ਮਰੀਜ਼ ਬਾਪੂ ਧਾਮ ਕਲੋਨੀ ਦੇ ਬਸਨੀਕ ਦੱਸੇ ਜਾਂਦੇ ਨੇ ਬੀਤੇ ਰਾਤ ਵੀ ਤਿੰਨ ਮਰੀਜ਼ਾਂ ਦੀ ਰਿਪੋਰਟ ਪੋਜ਼ਿਟਿਵ ਆਈ ਸੀ ਅੱਜ 7 ਹੋਰ ਮਰੀਜ਼ ਆਉਣ ਨਾਲ ਹੁਣ ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 68 ਹੋ ਗਈ ਹੈ ਅਗਲੀ ਖਬਰ ਹੈ ਕੋਵਿਡ-19 ਦਾ ਕਹਿਰ ਅਮਰੀਕਾ 'ਚ 1 ਸਾਲ ਲਈ ਸਕੂਲ ਕਾਲਜ ਬੰਦ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿੱਚ ਕੋਵਿਡ-19 ਮਹਾਮਾਰੀ ਦੇ ਤਬਾਹੀ ਮਚਾਈ ਹੋਈ ਹੈ ਸਰਕਾਰ ਨੇ ਅਮਰੀਕਾ ਵਿੱਚ ਕਰੋਨਾ ਵਾਇਰਸ ਦੇ ਬਾਅਦ ਦੇ ਇਨਫੈਕਸ਼ਨ ਨੂੰ ਦੇਖਦੇ ਹੋਏ ਪੂਰੇ ਇੱਕ ਅਧਿਕ ਸੈਕਸ਼ਨ ਲਈ ਸਕੂਲ ਕਾਲਜ ਬੰਦ ਕਰਨ ਦਾ ਫੈਸਲਾ ਦਿੱਤਾ ਇਹ ਫੈਸਲਾ ਵਾਸ਼ਿੰਗਟਨ ਡੀਸੀ ਸਮੇਤ ਦੇਸ਼ ਦੇ ਘੱਟੋ-ਘੱਟ 37 ਰਾਜਾਂ ਵਿੱਚ ਲਾਗੂ ਕੀਤਾ ਗਿਆ ਗੌਰ ਮਤਲਬ ਹੈ ਕਿ ਅਮਰੀਕਾ ਦੇ ਇਨਫੈਕਸ਼ਨ ਤੇ ਕਾਬੂ ਪਾਉਣ ਲਈ ਇਹ ਫੈਸਲਾ ਲਿਆ ਗਿਆ ਹੈ। ਹੁਣ ਸਵਾਲ ਇਹ ਹੈ ਕਿ ਭਾਰਤ ਵੀ ਜਿਹੇ ਹਾਲਾਤ ਬਣ ਸਕਦੇ ਨੇ। ਅਗਲੀ ਖਬਰ ਹੈ ਕੇਂਦਰ ਤੋਂ ਸੂਬੇ ਨੂੰ ਕੋਈ ਮਦਦ ਦੀ ਰਾਸੀ ਨਹੀਂ ਮਿਲੀ। ਕੈਪਟਨ ਤਾਂ ਦੋਸਤੋ ਤੁਹਾਨੂੰ ਦੱਸ ਦੇ ਕਿ ਸਰਕਾਰ ਵੱਲੋਂ ਕੋਰੋਨਾ ਵਾਇਰਸ ਖਿਲਾਫ ਲੜਾਈ 'ਚ ਗੈਰਪਾਜ ਬਸਾਸਕ ਸੂਬਿਆਂ ਨਾਲ ਭੇਦਭਾਵ ਕਰਨ ਦੇ ਮੁੱਦੇ ਤੇ ਪੰਜਾਬ ਕਾਂਗਰਸ ਨੇ ਸੂਬੇ ਦੇ ਸਾਰੇ ਨਾਗਰਿਕਾਂ ਨੂੰ 1 ਮਈ ਨੂੰ ਆਪਣੇ ਘਰ ਸੱਤ ਦੇ ਖੜ ਕੇ ਹੋ ਕੇ ਰਾਸ਼ਟਰੀ ਚੜ੍ਹੰਡ ਰਹਿ ਰਾਉਣ ਲਈ ਕਿਹਾ ਹੈ। ਪਾਰਟੀ ਨੇ ਕੇਂਦਰ ਤੋਂ ਤੁਰੰਤ 20000 ਕਰੋੜ ਰੁਪਏ ਦੀ ਰਾਹਤ ਰਾਸ਼ੀ ਮੰਗੀ ਹੈ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਹ ਮਾਮਲਾ ਵੀਡੀਓ ਕਾਨਫਰੰਸ ਦੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੇ ਸਾਹਮਣੇ ਉਠਾਇਆ ਜਿਸ ਤੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਵੱਲੋਂ ਆਪਣੇ ਵੱਲੋਂ ਪੂਰੀ ਸਹਿਮਤੀ ਦਿੱਤੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਹਰ ਮਹੀਨੇ ਮਹਾਮਾਰੀ ਕਾਰਨ ਲਾਗੂ ਲਾਕਡਾਊਨ ਕਰਨ 3360 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਅਤੇ ਪੂਰੇ ਸਾਲ ਦੇ ਵਿੱਚ 50 ਹਜ਼ਾਰ ਕਰੋੜ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਅਗਲੀ ਖਬਰ ਹੈ ਫੌਜ ਦੇ ਬਜਟ ਤੇ ਕਰੋਨਾ ਦਾ ਹਮਲਾ। 20 ਤੋਂ 40% ਦੀ ਤੱਕ ਕਟੌਤੀ ਦੀ ਸ਼ੁਰੂਆਤ। ਤਾਂ ਦੋਸਤੋ ਤੁਹਾਨੂੰ ਦੱਸ ਦੇ ਕਿ ਦੇਸ਼ ਦੇ ਫੌਜੀ ਖਰਚ ਤੇ ਵੀ ਕਰੋਨਾ ਵਾਇਰਸ ਨੇ ਹਮਲਾ ਕੀਤਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਵਿੱਤ ਸਾਲ 2020-21 ਦੇ ਫੌਜ ਨੂੰ ਹੋਣ ਵਾਲੇ ਬਜਟ ਦਾ ਅਲਰਟ ਵਿੱਚ 20% ਤੋਂ ਲੈ ਕੇ 40% ਤੱਕ ਕਟੌਤੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਕਟੌਤੀ ਵਿੱਚ ਫੌਜੀਆਂ ਦੀ ਤਨਖਾਹ ਸ਼ਾਮਲ ਨਹੀਂ ਹੋਵੇਗੀ ਜੇਕਰ 20% ਦੀ ਕਟੌਤੀ ਕਰਦੀ ਹੈ ਤਾਂ ਮਾਲੀਏ ਵਿੱਚ 40000 ਕਰੋੜ ਬਚਣਗੇ ਅਤੇ ਜੇਕਰ 40% ਦੀ ਕੱਟਦੀ ਹੈ ਤਾਂ 80 ਕਰੋੜ ਬਚਣਗੇ ਅਗਲੀ ਖਬਰ ਹੈ ਲਾਕਡਾਊਨ ਚ ਫਸੇ ਮਜ਼ਦੂਰ ਵਿਦਿਆਰਥੀ ਜਾ ਸਕਣਗੇ ਘਰ ਜਾਰੀ ਹੋਈ ਨਵੀਂ ਗਾਈਡਲਾਈਨ ਤਾਂ ਦੋਸਤੋ ਤੁਹਾਨੂੰ ਦੱਸਦੀ ਕਿ ਕਰੋਨਾ ਵਾਇਰਸ ਦੇ ਸੰਕਟ ਨਾਲ ਨਜਿੱਠਣ ਲਈ ਦੇਸ਼ ਚ ਲਾਕਡਾਊਨ ਲਾਗੂ ਹੈ ਲੌਕਡਾਊਨ ਕਾਰਨ ਦੇਸ਼ ਦੇ ਕਈ ਲੋਕ ਆਪਣੇ ਘਰ ਤੋਂ ਦੂਰੀ ਦੂਜੀ ਥਾਂ ਵਿੱਚ ਫਸੇ ਹੋਏ ਨੇ ਇਹਨਾਂ ਵਿੱਚ ਪ੍ਰਵਾਸੀ ਮਜ਼ਦੂਰ, ਤੀਰਥ ਯਾਤਰੀ, ਛਲਾਨੀ ਤੇ ਵਿਦਿਆਰਥੀ ਸ਼ਾਮਲ ਨੇ ਉੱਥੇ ਗ੍ਰਹਿ ਮੰਤਰਾਲੇ ਨੇ ਫਸੇ ਹੋਏ ਲੋਕਾਂ ਨੂੰ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ ਨਵੀਂ ਗਾਈਡਲਾਈਨ ਦੇ ਤਹਿਤ ਫਸੇ ਹੋਏ ਲੋਕ ਆਪਣੇ ਘਰ ਜਾ ਸਕਣਗੇ ਅਗਲੀ ਖਬਰ ਹੈ ਇਰਫਾਨ ਖਾਨ ਦੇ ਦੇਹਾਂਤ ਤੇ ਪੀਐਮ ਮੋਦੀ ਨੇ ਜਤਾਇਆ ਦੁੱਖ ਕਿ ਹਸਨ ਮੇ ਦੀ ਦੁਨੀਆ ਲਈ ਵੱਡਾ ਘਾਟਾ ਤਾਂ ਦੋਸਤੋ ਤੁਹਾਨੂੰ ਦੱਸਦੀ ਏ ਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਇਰਫਾਨ ਖਾਨ ਅੱਜ ਭਾ ਬੁੱਧਵਾਰ ਨੂੰ ਇਸ ਫਾਨੀ ਸੰਸਾਰ ਨੂੰ અલਵਿਦਾ ਆਖ ਗਏ ਨੇ। ਉਹਨਾਂ ਦੇ ਦੇਹਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜ਼ाहिर ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਰਫਾਨ ਖਾਨ ਨੂੰ ਵੱਖ-ਵੱਖ ਮਾਧਿਅਮਾਂ ਵਿੱਚ ਉਹਨਾਂ ਦੀ ਬਹੁਮੁਖੀ ਭੂਮਿਕਾਵਾਂ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਤੇ ਦੋਸਤੋ ਏ ਸੀ ਅੱਜ ਸਵੇਰ ਦੀਆਂ ਮੁੱਖ ਵੱਡੀਆਂ ਖ਼ਬਰਾਂ ਤੇ ਖ਼ਬਰਾਂ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ। ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਆਪਣੇ ਘੰਟੀ ਨੂੰ ਵੀ ਦਬਾ ਦਿਓ ਜਿਸ ਨਾਲ ਤੁਹਾਨੂੰ ਇਸੇ ਤਰ੍ਹਾਂ ਦੀ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਸਭ ਤੋਂ ਪਹਿਲਾਂ ਪਤਾ ਲੱਗਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ